ਇਸ ਮੈਡੀਸਨ ਦਾ ਦਲਦਲ ਮੈਂ ਇਸੇ ਫਸੇ ਜੋ ਇਸ ਮਤ ਲਿਖੜੇ ਨਹੀਂ ਤਾਂ ਜ਼ਿੰਦਗੀ ਮੈਂ ਆ ਗਈ ਕਬੜੀ ਨੇ ਦਿਆ ਸਭ ਕੁਝ ਹੈ ਇੱਜ਼ਤ ਦੇਦੀ ਨੌਕਰੀ ਦੇਦੀ ਸਭ ਕੁਝ ਦੇ ਦਿਆ ਕਬੜੀ ਨੇ ਲੇਕਿਨ ਮੂਜੀ ਮੈਡੀਸਨ ਸੇ ਬਾਹਰ ਲਿਖੜੇ ਨਹੀਂ 2019 ਮੈਂ ਤਾਂ ਜਬ ਜਾਏਗਾ ਨੂੰ ਹੋ ਗਿਆ ਬਸ ਜ਼ਿੰਦਗੀ ਮੈਂ ਬਚ ਗਏ ਬਸ ਕੁਦਰਤੀ ਆਏਗੀ ਰਿਸਕੀ ਬਿੱਟੂ ਦਗਾਲ ਮਾਰੇ ਕਰਦਾ ਨੂੰ ਜਪਕੀ ਸੀ ਦੇਗਾ ਥੋੜੀ ਸੀ ਉੱਪਰ ਆ ਜਾਏਗਾ ਮੇਰਾ ਥੋੜਾ ਜ਼ਿਆਦਾ ਜੰਪ ਹੋ ਜਾਏਗਾ ਪੰਜਾਬ ਮੇਂ ਥੋੜਾ ਜ਼ਮਪ ਜ਼ਿਆਦਾ ਹੋ ਗਿਆ ਤੋ ਉਪਰ ਕੋ ਘੁੰਮ ਗਿਆ ਉਸਕਾ ਕਬੱਡੀ ਨਾ ਬਹੁਤ ਜ਼ਿਆਦਾ ਮਿਸ ਕਰ ਰਹੇ ਆ ਭਾਈ ਜੋ ਸਾ ਵੀ ਗਾਮਾ ਕੋ ਲਿਕੜਾ ਚੜਾ ਵੀ ਖੇਲੇ ਆ ਨੀ ਉਹੜਿਆ ਦਾ ਹੋਏ ਹੈ ਭਾਈ ਆੜਾ ਖੇਲੇਦੇ ਇਸ ਗਰਾਊਂਡ ਮੇਂ ਖੇਲੇਦੇ ਉਸ ਉਸ ਟੀਮ ਮੇਂ ਅਗਲਾ ਮੈਚ ਲਾਗੇ ਯਾ ਤੋ ਆਵੇ ਸੁਪਨੇ ਮੇਂ ਵੀ ਆਵੇ ਕਬੱਡੀ ਦੋ ਸੁਪਨੇ ਮੇਂ ਵੀ ਮੈਚ ਖੇਲਾ ਹਾਂ ਉਹ ਟੂਰਨਾਮੈਂਟ ਥੀ ਆੜਾ ਗਾਉਂ ਮੇਂ ਟੂਰਨਾਮੈਂਟ ਹੋਰੀ ਧੀ ਹਾਂ ਤੋ ਵਾ ਥੀ 30 30 ਗਰਿਆ ਹੀ ਹੈਗੀ 30 30 ਗਰਿਆ ਹੈ ਰੇਡਰ ਦਾ ਗਰਿਆ ਕੀ ਉਸ ਟੀਮ ਬਹੁਤ ਬੜੀਆ ਟੀਮ ਥੀ ਉਸ ਟਾਈਮ ਪਾ ਸਟਾਰ ਟੀਮ तो दूसरा मैच था शायद उसमें हमारी थी गई ये हरियाणा देखने सारे दर्शक ने मधु जागलान की राम राम <coughs> तो भाई गांव छत्र महा बहुत सारे लोगों की डिमांड थी फोन भी आए कमेंट भी आ रहे कि भाई राजू पहलवान का इंटरव्यू करो जो राजू छत्र आज हमारे साथ है तो सारी बातचीत कराएंगे आप लोगों की ख्वाहिश थी तो सबसे पहले राम राम पहलवान राम राम भाई सारे भी आई पी हरियाणा के चैनल सब ने राम राम राजू की और जो भी भाई दर्शक है ਜਿੰਨੇ ਵੀ ਖਿਲਾੜੀ ਆ ਖੇਲ ਪ੍ਰੇਮੀ ਆ ਸਭ ਨਾ ਰਾਜੂ ਛਾਤਰ ਕੀ ਰਾਮ ਰਾਮ ਭਾਈ ਤੋਂ ਫਿਟਨੈਸ ਕੈਸੀ ਚੱਲ ਰਹੀ ਹੈ ਪਹਿਲਵਾਨ ਜੀ ਅੱਜਕੱਲ ਫਿਟਨੈਸ ਬੜੀਆ ਚੱਲ ਰਹੀ ਹੈ ਭਾਈ ਪ੍ਰੈਕਟਿਸ ਕਰ ਲਿਆ ਹਾਂ ਮਤਲਬ ਦੋ ਢਾਈ ਘੰਟੇ ਕਰਿਆ ਆਵਾ ਸਵੇਰੇ ਨਾ ਲਈ ਕਰਦੇ ਆ ਸਾਰਾ ਹਾਂ ਦੁਬਾਰਾ ਖੇਲਣ ਦੀ ਤਿਆਰੀ ਹੈ ਜਾਂ ਨਹੀਂ ਨਾ ਦੁਬਾਰਾ ਕੋਈ ਖੇਲਦੇ ਬਸ ਇਹ ਬਹੁਤ ਮਜ਼ਾ ਆ ਰਿਹਾ ਅੱਛਾ ਹਾਂ ਮਤਲਬ ਕਬੱਡੀ ਕੋ ਕਿਤਨਾ ਮਿਸ ਕਰ ਰਹੇ ਹੋ ਕਬੱਡੀ ਨਾ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਾਈ ਜੋ ਸਭੀ ਗਾਮਾ ਕੋ ਲਿਕੜਾਂ ਜੜਾ ਵੀ ਖੇਲੇ ਆ ਨੀ ਉਹੜਾ ਯਾਦ ਆ ਓਏ ਹੈ ਬਾਈ ਆੜਾ ਖੇਲੇ ਦੇ ਇਸ ਗਰਾਊਂਡ ਮੇ ਖੇਲੇ ਦੇ ਉਸ ਉਸ ਟੀਮ ਮੇ ਅਗਲਾ ਮੈਚ ਲਾਗੇ ਯਾ ਤੋ ਆ ਵੈ ਸਪਨੇ ਮੇ ਵੀ ਆਵੇ ਕਬੱਡੀ ਦੋ ਸਪਨੇ ਮੇ ਵੀ ਮੈਚ ਖੇਲਾ ਹਾਂ ਕਬੱਡੀ ਤੈ ਸਭ ਤੋਂ ਜ਼ਿਆਦਾ ਆਪਣੇ ਕੀ ਮਿਲਿਆ ਹੈ ਕਬੱਡੀ ਮੇ ਸਭ ਤੋਂ ਜ਼ਿਆਦਾ ਬਾਈ ਮਨ ਮਿਲੀ ਹੈ ਇੱਜ਼ਤ ਗਾਮ ਮੇ ਬਾਈ ਛੋਟਾ ਵੱਡਾ ਜਿਤਨੇ ਵੀ ਹੈ ਸਾਰੇ ਜਮਾ ਇੱਜ਼ਤ ਤਾਂ ਬੋਲਦੇ ਹੈ ਰਾਮ ਰਾਮ ਕਰ ਰਹੇ ਹੈ ਸਾਰੇ ਜਾਨ ਇਸ ਤੋਂ ਉੱਪਰ ਸਭ ਜਾਣਾ ਹੈ ਇਸ ਤੋਂ ਉੱਪਰ ਕੁਝ ਨਹੀਂ ਚਾਹੀਏ ਬਈ ਜਤੇ ਚਾਹੀਏ ਬਿਲਕੁਲ ਭੈਗਾਮ ਆਇਆ ਇੱਕ ਵਾਰ ਪੁੱਛਿਆ ਦਾ ਰਾਜੂ ਪਹਿਲਵਾਨ ਕਾ ਜਾਣਾ ਹੈ ਤਾਂ ਦੋ છોੜ ਗਿਆ ਗਿਆ ਇੱਕ ਭਾਈ ਤਾਂ ਉਸ ਕਾ ਹੀ ਬਹੁਤ ਬਹੁਤ ਧੰਨਵਾਦ ਇਹ ਵੀ ਸ਼ੁਰੂਆਤ ਤੋ ਬਾਤ ਕਰਾਇਆ ਪਹਿਲਵਾਨ ਜੀ ਕਬ ਸ਼ੁਰੂ ਕਰਿਆ ਖੇਲਣਾ ਆਪਣੇ ਭਾਈ ਮੁੰਨੇ ਕਰਿਆ ਦਾ 2005-6 ਮੈਂ ਸਟਾਰਟ ਕਰਿਆ ਦਾ ਉਸ ਦਾ ਪਹਿਲਾ ਸਕੂਲੀ ਖੋਕੋ ਖੇਲੇ ਕਰਦਾ 5ਵੀਂ 6ठी क्लास ਮੈਂ ਦਾ ਮੈਂ ਜੀ ਖੋਕੋ ਖੇਲਣ ਲੱਗ ਗਿਆ ਦਾ 7 ਮੈਂ ਹਰਿਆਣਾ ਦੀ ਟੀਮ ਮੈਂ ਸਿਲੈਕਸ਼ਨ ਹੋ ਗਿਆ ਦਾ खक गए खक गए आ पार्टिसिपेट थी हार गए थे अच्छा फिर खुख होता है कबड्डी में कुकर सोची कोई बढ़िया बढ़िया गेम था स्पीडी गेम था और काफी फिटनेस का गेम है सर्कल कबड्डी का थोड़ा वाह वाह आई वा वा थी हवा हवाई गांव में भाई सर्कल कबड्डी के जो अपना पड़ोस में गांव है डावला ओड़ा ज्यादा टूर्नामेंट होirdi जनवरी में हर साल तो अपने जितने सीनियर थे ओड़ा भरे कर दे टीम तोंती देख के लग गए खेलना

ਵੇਟ ਮੈਂ ਖੇਲਿਆ ਥਾ ਥੋੜੀ ਫਿਰ ਉਹ ਨਕਲੀ ਨਕਲੀ ਮੋਰ ਲੈ ਕੇ ਇੱਕ ਦੋ ਮੈਚ ਖੇਲੇ ਜਿੱਤੇ ਤਾਂ ਹੈ ਨਹੀਂ ਕਿਉਂ ਰੋਲ ਕਰਕੇ ਤਾਂ ਕੋਈ ਜਿੱਤਦਾ ਹੀ ਕੋ ਨਹੀਂ ਅੱਛਾ ਮਤਲਬ ਵੇਟ ਕੋਨ ਥਾ ਹੂੰ ਨਕਲੀ ਬਈ ਮਾਮ ਨੇ ਵੀ ਲਾਈ ਹੈ ਨੈਸ਼ਨਲ ਕਬੱਡੀ ਮੈਂ ਵੇਟ ਕੇ ਟੂਰਨਾਮੈਂਟ ਮੈਂ ਘਰਾਂ ਦਾ ਮੋਰ ਲੈ ਜਾ ਕਰਦੇ ਔਰ ਉਹ ਗਿੱਟੀ ਕਾ ਲੈ ਲੈ ਕਰਦੇ ਨਿਊ ਹੋਗਾ ਹਾਂ ਨੂੰ ਆਜ਼ਾਦ ਨੂੰ ਔਰ ਗਿੱਟੀ ਕਾ ਨਕਲੀ ਮੋਰ ਬਣਾ ਕੇ ਲੈ ਲਈ ਹਾਂ ਆ ਫਿਰ ਵਾਏ ਬਾਤ ਹੈ ਰੌਂਡ ਕਰਕੇ ਖੇਲੇ ਜਿੱਤੇ ਵੀ ਕਦੇ ਨਹੀਂ ਫਿਰ ਬਿਲਕੁਲ ਰੋਲਾ ਚੱਲੇ ਕਰਦਾ ਇਹਲੇ ਉੱਪਰ ਨਮੈਗ ਹਸ ਤੇ ਹਸ ਅੱਜ ਇਹ ਮਤਲਬ ਇੱਕ ਮੋਰ ਹੋਏ ਕਰਦੀ ਨਹੀਂ ਆਪਾਂ ਉਹ ਬਾਤ ਆ ਗਈ ਇਹਨੂੰ ਕਿ ਟੇਗੀ ਟੀ ਲੈ ਗਿਆ ਲੈ ਲੈ ਕਰਦੇ ਆਪਾਂ ਲੈ ਲੈ ਸ਼ਾਈ ਹੋਏ ਕਰਦੀ ਜਾਂ ਚੇਪੇ ਕਰਦੇ ਮਤਲਬ ਆ ਨਹੀਂ ਹੋ ਕਿ ਨੀ ਮੋਰ ਲੈ ਕੇ ਕਰਦੇ ਸਭ ਇਹ ਕਰਦਾ ਨਹੀਂ ਹਾਂ ਐਸਾ ਹੋਏ ਕਰਦਾ ਉਹ ਵੀ ਘਰਾਂ ਤਾਂ ਵੀ ਨਕਲੀ ਮੋਰ ਲੈ ਲੈ ਕਰਦੇ ਹੱਥ ਮਿਟਿਓ ਦੇ ਕਰਦੇ ਹਾਂ ਥੋੜਾ ਨੂੰ ਆ ਖੇਲੇ ਬਹੁਤ ਚਾਲੇ ਬਥੇਰੇ ਫਿਰ ਜਿੱਤੇ ਕੋ ਨਹੀਂ ਕਦੇ ਵੀ ਅੱਛਾ ਕਬੱਡੀ ਮੈਂ ਮਤਲਬ ਸਰੂਤੈ ਰੇਡ ਕੈਚ ਕਰੋ ਜਾਂ ਰੇਡ ਵੀ ਕਾਭੀ ਕਾਭੀ ਮੌਕਾ ਮਿਲੇ ਸਰੂਤਾਇ ਕਾਜ ਕਰਾਂ ਲੇਕਿਨ ਫਿਰ ਮਜਬੂਰੀ ਮੈਂ 2-3 ਟੂਰਨਾਮੈਂਟ ਮਲੇ ਇੱਕ ਆਧਾ ਮੈਚ ਮੈਂ ਮਾਰੀ ਹੈ ਮਨੇ ਰੈਡ ਵੀ ਅੱਛਾ ਆਪਣਾ ਹਾਈ ਟੋਰ ਵੇਟ ਕਾ ਬਾਰੇ ਮੋਰ ਬਤਾਓ ਪਹਿਲਵਾਨ ਵੇਟ ਫਿਲਹਾਲ ਹੈ 86 ਕਿਲੋ ਆਇਟ ਹੈ 5-8 ਅੱਛਾ ਮਤਲਬ ਈਵਨ ਫਿਟ ਸੇ ਹੋ ਜਾਂ ਮਤਲਬ ਸਰੂਤਾ ਜਦੋਂ ਓਪਨ ਮੈਂ ਇਤਨੇ ਵੇਟ ਜੱਤੇ ਵੀ ਨਾ ਪਹਿਲਾਂ ਕਮ ਦਾ ਫਿਰ ਵਜ਼ਨ ਜ਼ਿਆਦਾ ਵੱਧਦਾ ਗਿਆ ਤਾਂ ਸਪੀਡ ਕਮ ਹੁੰਦੀ ਗਈ ਹਾਂ ਤੋ ਗੇਮ ਡਾਊਨ ਆਂਦਾ ਰਿਹਾ ਤੋ ਬਾਈਕ ਬੁਈ ਕਿਤਨੀ ਜਿੱਤ ਲਈ ਪਹਿਲਵਾਨ ਕਿ ਕਿ ਅਚੀਵਮੈਂਟ ਰਹੀ ਆਪਕੀ ਬਾਈਕ ਆਪਣਾ ਪੈ ਜੁਗਰ ਤਿੰਨ ਬਾਈਕ ਆਈ ਹੈ ਮੇਰੇ ਪੈ ਇੱਕ ਬੁਲਟ ਥੀ ਜੋ ਪੰਜਾਬ ਮੇ ਖੇਲੇ ਕਰਦੇ ਉਸ ਨੇ ਦੇਈ ਥੀ ਸਮਾਨਿਤ ਕਰੀ ਥੀ ਇੱਕ ਸਪਲੈਂਡਰ ਮੋਟਰਸਾਈਕਲ ਜੋ ਮੇਰੇ ਦੋਸਤ ਤੇ ਯੂਆ ਤੇ ਜੋ ਵੀ ਆਪਣਾ ਗਾਮ ਥਾ ਗਾਮ ਮੇ ਲਗਾ ਲੇ ਸਾਰਾ ਗਾਮ ਗਾਮ ਨੇ ਮਰਦ ਸਮਾਨਿਤ ਕਰਿਆ ਦਾ ਗਾਉਂ ਮੈਂ ਅਰੇ ਇੱਕ ਮਨਾ ਟੂਰਨਾਮੈਂਟ ਮੈਂ ਗੋਗੜੀਆਂ ਜਿੱਤੀ ਥੀ ਟੂਰਨਾਮੈਂਟ अच्छा मैंने एक आपकी कैच देखी थी वो ऊपर को उछल के मारी है काफी वीडियो वायरल रही है वो शायद आपने वीक डाल रखी वो कौन सी टूर्नामेंट की कैच थी रो किस की कैच मारी थी आपने वो टूर्नामेंट थीड़ा गांव में टूर्नामेंट हो रही थी हां तो वो 30 गिर आई हैगी 37 गिरया है का रेडर का गिरया की उस टीम बहुत बढ़िया टीम थी उस टाइम पे स्टार टीम थी रेना की तो दूसरा मैच था शायद उसमें मारी थी कैच या ਮਤਲਬ ਸਭ ਤਾਂ ਇੱਕ ਅਲੱਗ ਟੈਕਨੀਕਲ ਥੀ ਯਾਰ ਨੀਚਾ ਘਾ ਡੋਜ ਦੇ ਗਿਆ ਉੱਪਰ ਉਛਲਣਾ ਕਿਉਂਕਿ ਨੀਚਾ ਘਾ ਡੋਜ ਦੇ ਵਾ ਆਦਮੀ ਝੁਕਣ ਕੀ ਕਰਿਆ ਦੱਬ ਨਹੀਂ ਕਰਿਆ ਇੱਕਦਮ ਉਛਲ ਕੇ ਮਾਰਦੇ ਪਹਿਲਾਂ ਪਤਾ ਗਿਆ ਲਾਈਵ ਕੁੰਦੇ ਇੱਕ ਦੋ ਬੇ ਵੀ ਮਾਰੀ ਹੈ ਕੱਚ ਪਹਿਲਾਂ ਲਈ ਜਵਾਨੀਆਂ ਕਾਲਾ ਕਾ ਵੀ ਲਗਾਈ ਥੀ ਇੱਕ ਵਾਰ ਤੋ ਉਰੇ ਆਪਣਾ ਗਾਉ ਮੇ ਕੈਮਰਾ ਮੇ ਕੈਸ ਹੋ ਗਈ ਤੋ ਇਸ ਕਰਕੇ ਜ਼ਿਆਦਾ ਵਾਰੇ ਲੋਗੀ ਆ ਕੱਚ ਮਤਲਬ ਉਸ ਟਾਈਮ ਲਾਈਵ ਚੱਲੇ ਕੋ ਨਹੀਂ ਕਰਦੇ ਇਬਸੀ ਆਏ ਆ ਤੋ ਦੁਬਾਰਾ ਤੋ ਮੇਰੇ ਪੇ ਵੀ ਨਹੀਂ ਲੱਗੀ ਆ ਵੇ ਇੱਕ ਵਾਰ ਲੱਗੀ ਲੱਗੀ ਫਿਰ ਦੁਬਾਰਾ ਤੋਂ ਮੇਰੇ ਪੈਨ ਲੱਗੀ ਅੱਛਾ ਯਾ ਜੋ ਕਚ ਮਾਰ ਦਿਆ ਬਨੇ ਕਿਸ ਨੇ ਦੇਖ ਕੇ ਮਾਰ ਦਿਆ ਕੁਦਰਤੀ ਹੈ ਗਈ ਦਿਮਾਗ ਮੇਂ ਬਸ ਕੁਦਰਤੀ ਹੈ ਗਈ ਇਸ ਕੀ ਬਿੱਟੂ ਦਗਾਲ ਮਾਰੇ ਕਰਦਾ ਨੂੰ ਜਪਕੀ ਸੀ ਦੇਗਾ ਥੋੜੀ ਸੀ ਉੱਪਰ ਆ ਜਾ ਕਰਦਾ ਮੇਰਾ ਥੋੜਾ ਜ਼ਿਆਦਾ ਜੰਪ ਹੋ ਜਾਏ ਕਰਦਾ ਪੰਜੇ ਮੇਂ ਥੋੜਾ ਜੰਪ ਜ਼ਿਆਦਾ ਹੋ ਗਿਆ ਤੋ ਉੱਪਰ ਕੋ ਘੁੰਮ ਗਿਆ ਉਸਕਾ ਅੱਛਾ ਪ੍ਰੈਕਟਿਸ ਕੀ ਬਾਤ ਕਰਾਂ ਪਹਿਲਵਾਨ ਜੀ ਕੌਨਸੀ ਜ਼ਿਆਦਾ ਪ੍ਰੈਕਟਿਸ ਕਰੀ ਆਪਨੇ ਜਿਮ ਕਰੀ ਯਾ ਸਕਿੱਲ ਕਰੀ ਯਾ ਰਨਿੰਗ ਵਗੈਰਾ ਜ਼ਿਆਦਾ ਕਰੀ ਭਾਈ ਖਾੜਾ ਮੈਂ ਜ਼ਿਆਦਾ ਰਹਾ ਹੂੰ ਜੋ ਕਰ ਕੁਸ਼ਤੀ ਕਸਤੇ ਕੀ ਕਰ ਲਈ या सपटटे सपटटे मार लिए सूट मार लिए रनिंग कर ली जिम जाम पर हो गए अटे ध्यान दिया अच्छा गांव तक अलावा कौन सी कौन सी टीम में खेलने का मौका मिला आपने गांव तक अलावा ढेरों में भी खेला हूं कई बार जो खोली में भी खेला हूं अपना यारी दोस्ती में कोई बुला लिया उसे मैं गया हूं मैं मतलब सब तो बढ़िया लाइफ में ईशा के लग गया भाई उरा मैं बढ़िया खेला हूं आज मैंने बहुत ज्यादा खुशी हुई ईशा मतलब यादगार कोई पल हो ਪਸਾਰ ਇਹ ਹੈ ਭਾਈ ਜੜਾਗਾ ਉੜਾ ਹੀ ਖੁਸ਼ੀ ਹੋਈ ਖੇਲਦੇ ਮਤਲਬ ਸਭ ਤੋਂ ਪਹਿਲਾਂ ਨਹੀਂ ਹੋਇਆ ਕਰ ਹੈ ਜੁਗਰਾਪ ਕੋਕੋ ਛੋਟ ਗਿਆ ਸਰਕਲ ਕਬੱਡੀ ਮੈਗੇ ਤੇ ਇੱਕ ਆਪਨ ਅਚਾ ਛੋਟੀ ਟਰੋਫੀ ਮਿਲ ਜੂ ਉਸਨੇ ਸਰੂਕਾ ਜੋ ਇਨਾਮ ਉਹ ਕੜਕੇ ਕੁਛ ਮਿਲਿਆ ਦਾ ਇਨਾਮ ਤਾਂ ਇੱਕ ਬਾਰ ਪਤਾ ਕੇ ਮਨੇ ਲੈ ਗਏ ਉਪਨ ਵਾਲੇ ਜੀ ਮੈਂ ਸਭ ਤੋਂ ਜੁਨੇਰੇ ਧ ਤੋ ਉਪਨ ਵਾਲੇ ਵਿਚ ਮ ਖੜਿਆ ਖਤਰ ਲੈ ਗਏ ਮਨੇ ਇੱਕਸ گاਉਂ ਮੇ ਇੱਕਸ ਮਾ ਚੋੜੇ ਤੇ ਥੋੜਾ ਬਡੇ ਸਰਗਲਾ ਮਾ ਚਾਇ ਗਿਆ ਤੋੜਾ ਟੀਨੂ ਕੀ ਕੱਚ ਵੀ ਰਾਂ ਕੋ ਕਰੂਜਲ ਗੀ ਮੇਰੇ ਪੈ ਪੈ ਨੂੰ ਨਹੀਂ ਕੰਦਾ ਭਾ ਮਨ ਮਾਰਿਆ ਮਾਰੀ ਕੋ ਨਹੀਂ ਬਸ ਪਤਾ ਨਹੀਂ ਕੈਸੇ ਪਟ ਪੁੱਟ ਮਾ ਹੱਥ ਲੱਗ ਗਿਆ ਤੋ ਕੱਚ ਲੱਗ ਗਈ ਵਾ ਉਸਕੇ ਬਾਅਦ ਮਤਲਬ ਗਾਉ ਮੈਂ ਨੂੰ ਹੋ ਗਿਆ ਦਾ ਭਾ ਰਾਜੂ ਬਣਨ ਦਾ ਲੜਕਾ ਤੋ ਫਿਰ ਮਨ ਨੇ ਵੀ ਸੋਚਿਆ ਭਾ ਬਣਾ ਤੋ ਗਏ ਜੀ ਲੋਕ ਕਹਿਣ ਲੱਗ ਰਹੇ ਕਿਵੇਂ ਤੋ ਹੈ ਆਪਣਾ ਮੈਂ ਪਰ ਮੈਂ ਨਾ ਥੋੜੀ ਹੋਰ ਜ਼ਿਆਦਾ ਕਰਦੀ ਅੱਛਾ ਇਹ ਜੋ ਕਾਨ ਕੋਨ ਟੁੱਟੇ ਹੈ ਕੁਸ਼ਤੀ ਕਰਦੇ ਹੋਣੀ ਟੁੱਟੇ ਹੈਗੇ ਜਾਂ ਖੇਲਦੇ ਹੋਣੀ ਟੁੱਟੇ ਸਰਕਲ ਕਾੜਾ ਮੈਂ ਟੁੱਟ ਗਿਆ ਥੋੜਾ گاਉਂ ਮੈਂ ਕਰੇ ਕਰਦੇ ਫਿਰ ਖੇਲਣ ਲੱਗ ਗਏ ਖੇਲਦੇ ਮੈਂ ਤਾਂ ਹੋਰ ਜ਼ਿਆਦਾ ਡੈਮੇਜ ਹੋ ਗਿਆ ਹਾਂ ਤੋ ਹਰਿਆਣਾ ਮੈਂ ਜ਼ਿਆਦਾ ਖੇਲੇ ਹੋਇਆ ਪਹਿਲਵਾਨ ਪੰਜਾਬ ਮੈਂ ਜ਼ਿਆਦਾ ਖੇਲਣ ਦਾ ਮੌਕਾ ਮਿਲਿਆ ਹਰਿਆਣਾ ਮੈਂ ਵੀ ਖੇਲੇ ਹਾਂ ਪੰਜਾਬ ਮੈਂ ਵੀ ਥੋੜੇ ਗਣੇ ਖੇਲੇ ਆ ਅਕੈਡਮੀ ਕੁਡਮੀ ਮੈਂ ਅੱਛਾ ਮਤਲਬ ਪੰਜਾਬ ਮੈਂ ਖੇਲ ਕੇ ਜ਼ਿਆਦਾ ਮਜ਼ਾ ਆਇਆ ਹੈ ਹਰਿਆਣਾ ਮੈਂ ਖੇਲ ਕੇ ਮਜ਼ਾ ਆਇਆ ਭਾਈ ਪੰਜਾਬ ਮੈਂ ਤਾਂ ਦੇਖ ਅਲੱਗ ਕਬੱਡੀ ਹੈ ਹੂੰ ਤਾਂ ਅਲੱਗ ਪਿਆਰ ਕਰ ਰਹੇ ਹਾਂ ਹਰਿਆਣਾ ਮੈਂ ਵੀ ਨੂਨੀ ਬੜੀਆ ਹੈ ਹਰਿਆਣਾ ਮੈਂ ਵੀ ਮਜ਼ਾ ਆਉਦਾ ਖੇਡਣ ਖੇਤਰ ਅੱਛਾ ਸਭ ਕੇ ਫੇਵਰੇਟ ਹੋਏ ਕਰ ਰਹੇ ਹੈ ਆਪਕਾ ਕੌਣ ਹੈ ਫੇਵਰੇਟ ਕਬੱਡੀ ਮੈਂ ਰੈਡਰ ਹੋਰੇ ਕਚਰ ਪੁਰਾਣਾ ਜਾਂ ਨਿਆ ਪੁਰਾਣੇ ਮਂ ਬਤਾ ਦਿਓ ਫਿਰ ਨਿਆ ਮਂ ਬਤਾ ਦਿਓ ਪੁਰਾਣੇ ਮੈਂ ਤਾਂ ਦੇਖ ਭਾਈ ਇਹ ਇਥੇ ਜ਼ਾਵੀਰ ਥਾ ਸਿੱਲੂ ਦਾਸ ਬਸਾਦਾ ਭਾਈ ਕਾਲਾ ਮੁਖਰੀਆ ਧਾ ਔਰ ਬੱਡਿਆ ਜਿੰਨਾ ਮਾਰਾ ਸੈੱਟ ਥਾ ਰੋਤਕ ਵਾਲੇ ਸੈੱਟ ਤੇ ਸਾਰੇ ਬੱਡਿਆ ਦੇ ਬਈ ਸੁਪਰ ਮਾਨੀਆ ਔਰ ਅਨਿਲ ਮੋਟਾ ਔਰ ਜਿੰਨੇ ਵੀ ਸੀਨੀਅਰ ਬੱਡਿਆ ਪਲੇਅਰ ਤੇ ਬੱਡਿਆ ਇਨਸਾਨ ਤੇ ਬਹੁਤ ਬੱਡਿਆ ਸਲੂਕ ਹੋਇਆ ਕਰਦਾ ਕਬੱਡੀ ਮੈਂ ਅੱਛਾ ਉਸ ਟਾਈਮ ਆਪ ਕੀ ਹੋਇਆ ਹੋਇਆ ਕਰਦੀ ਇੱਕ ਦੌਰ ਥਾ ਤੋ ਟੱਕਰ ਮੇ ਕਿਸਕੇ ਚਰਨ ਮੰਨਨੇ ਕਰਦੇ ਬਈਓ ਮੇਰਾ ਲੈਵਲ ਲਗਾ ਨਾ ਆਪਣੀ ਕੋ ਨਹੀਂ ਆਵਾ ਹੋਈ ਇਤਨੀ ਆਪੇ ਤਾਂ ਨੋਰਮਲ ਤੇ ਨਾਮ ਹੋ ਜਾ ਹੈ ਬਹੁਤ ਨਾਮ ਚੱਲਿਆ ਹਵਕਾ ਵੀ ਔਰ ਜੋ ਪੰਚਾਇਤ ਸੈਕਟਰੀ ਲੱਗੇ ਤੁਹਾਨੂੰ ਮੈਂ ਵੀ 14 ਪਲੇਅਰਾਂ ਮਾ ਉੱਥੇ ਮੈਂ ਤਕਰੀਬਨ ਹਰਿਆਣਾ ਕੇ ਫੇਮ चौदह मैं आप लागे कौन ही हूँ जो फाइल चाली थी ना अपनी तो उसमें नाम था उसमें चौदह नाम था जिसमें चेयर लागे कौन एक तो लिजवाणिया काला एक सीलू खटखटाड़ा एक दीपा एक मैं ये इनका काम नहीं बने ये ट्रायल में रह ली थे जो ट्रायल हुई थी राय सोनीपत तो बहुत साफ सुथरी ट्रायल हुई थी जो भी बढ़िया खेल गया वो लिया उड़ा तो मतलब आपकी ट्रायल में कुछ कमी थी कम ही थी बस कोनी नहीं कैच लग गई कम रह गए मेरे अच्छा मतलब कैच मारी थी ट्रायल में अपने? पर मेरे याद नहीं आया एक दो एक एक दो दो कैच मारनी पड़ेगी दी तो ईसा मतलब अगला राउंड में गए नहीं उसमें मेरे पे एक भी नहीं लगी तो मैं बाहर हो गया था अच्छा टोटल तो ट्रायल कितनी हुई थी जब पंचायत सेक्टरी की भर्ती थी नहीं कितनी टोटल ट्रायल भाई एक दिन चाली थी पूरा दिन मेरा शायद दो दिन चाली थी दो दिन में राउंड थे जो मैं दो गज मार दे करदा तो अगला राउंड में चले जाया करदा जो पॉइंट बनाए करदे उसके जो कम पॉइंट रह जाए करदे वो बाहर हो जाएगा जिसके ज्यादा हो जाएगा अगला राउंड में चले जांदा আস্তে আস্তে फिर वो पॉइंट जोड़ेगे उसमें 14 प्लेयर रखेगे जिसके ज्यादा पॉइंट जिसके ज्यादा पॉइंट होए वोए रखा गया अच्छा जो 14 प्लेयर थे उन्हें की ट्रायल चली है या मतलब कोई और भी बैर थे बुला रखे थे जो 14 में नाम नहीं था नहीं बारे भी थे हरियाणा के तकरीबन बहुत ज्यादा प्लेयर थे तो उनती भी ट्रायल दे ये उन्हें मैं तो मतलब फिट एक सारा था ऋषि वो भी लग गया जो आगे मितू था एक बांडा था का वो भी भर्ती होया एक चौथा प्लेयर था वो जो मारा चार कटका है खेदड़ा राजेश लग गया तौर बाकी 14 नंबर हजूर आदेश था उसका 14 नंबर नाम था या नहीं था नहीं नाम नहीं था उसका अच्छा मतलब वो बाहर था गया हां बाहर अच्छा खैर इधरला बात करा की कैसी परफॉर्मेंस थी उसका कैसा रेट नाम था बढ़िया छोरा हो भी बढ़िया खेले करता भाई मतलब अपना लेवल का था या मतलब अपना तो बाहर था, था या अपना तो नीचे था या अपना तो ऊपर था नहीं आप तो अपन तो आपने तो आपने तो नीचे सोचे नहीं को अपना तो तो सारे ऊपर हैं नहीं एक टीम हो है ਬਈ ਅੱਜ ਕੱਲ੍ਹ ਇਸ ਕੀ ਹੋ ਚੱਲ ਜੁਗਰ ਅੱਜ ਕੱਲ੍ਹ ਕੱਚਰ ਮੈਂ ਸਿੱਲੂ ਹੈ ਕੱਚਰ ਦੌਰ ਵੀ ਬਤੇਰੇ ਆ ਸਾਰੇ ਕੱਚ ਕਰ ਆ ਸਾਰੇ ਰੇਡਰ ਹੀ ਕੱਚ ਲੱਗ ਗਏ ਲੇਕਿਨ ਇੱਕ ਦੌਰ ਚੱਲ ਰਿਹਾ ਉਹ ਦੌਰ ਕੀ ਮੈਂ ਬਾਤ ਕਰ ਰਿਹਾ ਦੌਰ ਦੇਖੋ ਵੀ ਬੜੀਆ ਖੇਲਾ ਦਾ ਕੀ ਹੋਇਆ ਇੱਕ ਆਦਾ ਮੈਚ ਪੀਟ ਗਿਆ ਤਾਂ ਉਸਕਾ ਰੈਂਕ ਥੋੜਾ ਡਾਊਨ ਆ ਜਾਗਾ ਕੀ ਬਰ ਅਗਲੀ ਟੂਰਨਾਮੈਂਟ ਮੈਂ ਉਸਸੇ ਬੜੀਆ ਖੇਲਾ ਹੋਰ ਉੱਚਾ ਚਲਿਆ ਜਾਵਾ ਉਹ ਤਾਂ ਉਸ ਟਾਈਮ ਪਈ ਸੀ ਇਹ ਕੰਮ ਹੋਏ ਕਰਦੇ ਤੋ ਟੀਮੇ ਗਣੀ ਹੋਏ ਕਰਦੀ ਤੋ ਜੁਗਰ ਇੱਕ ਇੱਕ ਪਰੀ ਫਰੀ ਕੁਆਟਰ ਤੇ ਟਾਕਰ বাজਣ ਲੱਗ ਜਾਗਰਦੀ ਫਰੀ ਕੁਆਟਰ ਮੈਂ ਬਰਾਬਰ ਕੀ ਮਚ ਲੱਗ ਗਿਆ ਕਰਦੇ ਨੂਹਾਂ ਨਵੇਰਾ ਦਾ ਕੌਣ ਸੀ ਟੀਮ ਜਿੱਤੇਗੀ ਕੌਣ ਸੀ ਨਹੀਂ ਜਿੱਤੇਗੀ ਔਰ ਸਾਰੇ ਪਲੇਅਰ ਬਰਾਬਰੇ ਹੋਏ ਕਰਦੇ ਅੱਛਾ ਉਸ ਟਾਈਮ ਮੈਂ ਕੌਣ ਸੀ ਕੌਣ ਸੀ ਟੀਮ ਹੋਏ ਕਰਦੇ ਜੋ ਬੜੀਆ ਨਾਮ ਥਾ ਇੱਕ ਪੰਚਾਇਤ ਕੇ ਜਿਆਦਾ ਹੋਏ ਕਰਦੇ ਇੱਕ ਪੰਚਾਇਤ ਮੈਂ ਪਲੇਅਰ ਵੀ ਜਿਆਦਾ ਥੇ ਈਬ ਮਤਲਬ 2 ਰਲਾਉ 3 ਰਲਾਉ ਯੂ ਸਿਸਟਮ ਹੋ ਰਿਹਾ ਪਹਿਲਾਂ ਬੜੀਆ ਥਾ ਯਾ ਈਬ ਸਿਸਟਮ ਬੜੀਆ ਹੋ ਰਿਹਾ ਬੇਰੇ ਇਸ ਸਮਯਾ ਕੇ ਅਨੁਸਾਰ ਹੈ ਨਹੀਂ ਜੋ ਪਲੇਅਰ ਕਮ ਹੋ ਗਏ पहले लगा लो पहले की बात बताऊंगा तो आप उस कोण में तो लगा लो उधर से लगा ले दनौरी दनौर की बढ़िया टीम थी दरोद की थी जीएन डिस्ट्रिक्ट की बता रहा हूं आपको बात तो दनौरी रीजन डिस्ट्रिक्ट में आया करदी तो कैथल में चली गई हो दनौरी होगी दरोद होगी भाई इधर आ जाओ कालन होगी गसो की भी खेले कर दे तो इधर अपना गांव की भी बालक ठीक हो गए थे ढोला 76 शापर ਕੰਡਾਲਾ ਦੀ ਵੀ ਬਾਲਗ ਆਏ ਹਨ ਨਗੂਰਾ ਦੀ ਵੀ ਠੀਕ ਟੀਮ ਹੋਈ ਕਰਦੀ ਇੱਕ ਅਸਕੇ ਫਿਰ ਕਰੇ ਲਾਜਮੋ ਲਾਲ ਜਵਾਨਾ ਜਿੰਦ ਵਿੱਚ ਬਹੁਤ ਜ਼ਿਆਦਾ ਟੀਮ ਹੋਈ ਕਰਦੀ ਸਮਾਂ ਆਣੀ ਫਤਿਹਬਾਦ ਮੈ ਆਏਗੀ ਪਹਿਲਾਂ ਜਿੰਦ ਵਿੱਚ ਚਾਹੀਦੀ ਨਾ ਫਤਿਹਬਾਦ ਮੈ ਹੈ ਕਰੰਟੀ ਜੀ ਬਿਠਮੜਾ ਕਰੰਟੀ ਵੀ ਜਿੰਦ ਵਿੱਚ ਆਏਗੀ ਜ਼ਮੋਲਾ ਹਾਂ ਬਹੁਤ ਜ਼ਿਆਦਾ ਪਲੇਅਰ ਹੋਈ ਕਰਦੇ ਅੱਛਾ ਇੱਕ ਮਾਕੂਮ ਹੋ ਰਿਹਾ ਤਰੋਤਕ ਮੈ ਮਨੇ ਦੇਖਿਆ ਥਾ ਸਭ ਤੋਂ ਬੜੀਆ ਟੀਮ ਜਿੰਦ ਕੀ ਥੀ ਜੋ ਟੌਪ ਰੇਡਰ ਥੇ ਉਸ ਟਾਈਮ ਬੜੀਆ ਨਾਮ ਚੱਲ ਰਿਹਾ ਥਾ ਸੋਨੂ ਰਾਮ ਕਲੀ ਥਾ रिंकू करेटी दा नरेश खड़ल दा और एक काला लेजवाना दा उस टाइम एक जिंदगी टीम अलग होए करदी किसे कला मैच कोन लागया शायद इनका मेडल भी नेक आ था उस टाइम तो ज्यों उस टाइम पर जिंदेम प्लेयर ज्यादा होए करदे नहीं अच्छा मतलब नेशनल, नेशनल खेल चुके हो पहलवान या इंटरनेशनल कभी-कभी मौका मिलया मैं नेशनल खेले राम तीन बार तीन गोल्ड है मेरे पर इंटरनेशनल का मौका नहीं मिलया अड़े दो खेले मैंने जो पाकिस्तान की टीम आई उसके खिलाफ भी खेले हूं तो ਦੋ ਮੈਚ ਖੇਲੇ ਹੋਗੇ ਪਾਕਿਸਤਾਨ ਦੇ ਖਿਲਾਫ ਮਨਾਇਆ ਤੋਂ ਕਿ ਕੈਸੀ ਪਰਫਾਰਮੈਂਸ ਸੀ ਉਸ ਟਾਈਮ ਆਪਣੀ ਠੀਕ ਸੀ ਵਧੀਆ ਸੀ ਅੱਛਾ ਪਾਕਿਸਤਾਨ ਕੇ ਉਸ ਟਾਈਮ ਇੱਕ ਵਧੀਆ ਟੀਮ ਸੀ ਕੌਣ ਸੇ ਕੌਣ ਸੇ ਵਧੀਆ ਨਾਮੀ ਪਲੇਅਰ ਤੇ ਪਾਕਿਸਤਾਨ ਮਰ ਕਿਸ ਕਿਸ ਨੇ ਕੀ ਕੈਚ ਕਰੀ ਆਪਨ ਹੋਰ ਉਹਨਾਂ ਤੋਂ ਜਾਣਦਾ ਨਹੀਂ ਭਾਈ ਨਾਮ ਤੋਂ ਬਾਕੀ ਇੱਕ ਜੰਜੂਆ ਨਾਲ ਤੋਂ ਜਾਣੂਦਾ ਜੋੜ ਪਲੋ ਪਲੋ ਵਾਲਾ ਮੈਂ ਮੈਚ ਹੋਇਆ ਦਾ ਥੋੜਾ ਜੰਜੂਆ ਤੋਂ ਉਸ ਟੀਮ ਗਲਾ ਦਾ ਤੋਂ ਤਜੀਦ ਗਏ ਤੇ ਮਾਮੇ ਵਧੀਆ ਮੈਚ ਲੱਗਿਆ ਦਾ ਕੈਚ ਮਾਰੀ ਆਪਨੇ ਹਾਂ ਦੋ ਕੈਚ ਉਹ ਤੋਂ ਕੈਚਰ ਹੈ ਨਹੀਂ ਜੰਜਵਾਦੋ ਜਾਪੀ ਦਾ ਉਸ ਟਾਈਮ ਰੇਡਰ ਕੌਣ ਸੀ ਤੇ ਪਾਕਿਸਤਾਨ ਮੇ ਬਈ ਨਾਮ ਨਹੀਂ ਜਾਣਦਾ ਉਹਨਾਂ ਦਾ ਭਾਈ ਕਈ ਸਾਲ ਹੋ ਗਏ ਇਹਨਾਂ ਦੇ ਜਿਹੇ ਇੱਕ ਦੂ ਅਬਦੁੱਲਾ ਦਾ ਉਸ ਕਾਫੀ ਨਾਮ ਚੱਲੇ ਵਰਲਡ ਕੱਪ ਮੈਂ ਵੀ ਦੇਖਿਆ ਮੈਨੇ ਪੰਜਾਬ ਮੈਂ ਨਾਮ ਮੈਂ ਕੀ ਰੱਖਿਆ ਉਹ ਰਾਣੇ ਤੇ ਪਾਕਿਸਤਾਨ ਕਿਉਂ ਹੋ ਰਹਾ ਹੈ ਹਾਂ ਮਤਲਬ ਬਾਰ ਬਾਰ ਪਾਕਿਸਤਾਨ ਦਾ ਨਾਮ ਮੈਂ ਆਏਗਾ ਨਹੀਂ ਇੱਕਦਮ ਟੱਕਰ ਹੋ ਜਾਏ ਹਾਂ ਟੱਕਰ ਹੋ ਗਈ ਬਸ ਰਾਣੇ ਆ ਨਾਮ ਤਾਂ ਕੋਈ ਮਤਲਬ ਨਹੀਂ भाई एक के दा भारत पर पाकिस्तान भाई भारत जीतना चाहिए पाकिस्तान अड़ाना है अच्छा जैसे एक अपन लोकल टूर्नामेंट खेला हर एक बार भारत पाकिस्तान का मैच आ गया शुरू में डिस्ट्रिक्ट लेवल का ले ले फिर स्टेट लेवल का ले ले यूरोप तो देश की बात आएगी तो मतलब ऐसा नहीं लगेगा कुछ थोड़ा बह आवे है मन में या नहीं मतलब जब भारत पाकिस्तान का मैच हो भाई कदे बेइज्जती हो जाए ये तो आवे बिल्कुल है भाई बेइज्जती होगी जे अपने दर्शक ही कहेंगे गाल देंगे ਕੁਝ ਕੁਝ ਨੂੰ ਕਹਿੰਗੇ ਆ ਰਗੇ ਫਲਾਣੀ ਬਾਤ ਸੋ ਬਾਤ ਬੋਲ ਦੇਂਗੇ ਤੋ ਥੋੜਾ ਜ਼ਿਆਦਾ ਤਿਆਰ ਹੋ ਕੇ ਜਾਣਾ ਪੜਾ ਹੈ ਤੋ ਇਹ ਕੁਝ ਕਬੱਡੀ ਨੇ ਮਤਲਬ ਬਦਨਾਮ ਸੀ ਲੈ ਕੇ ਕਰਨ ਲੋਗ ਇਸਕਾ ਕੀ ਕਾਰਨ ਹੋ ਰਿਹਾ ਕਈ ਵਾਰ ਸੁਣ ਲੈ ਬਾਈ ਪਹਿਲੜੀ ਕਬੱਡੀ ਨੇ ਰਹੀ ਇਸ ਮਾਪ ਨਾਲ ਕੁਝ ਫਰਕ ਲੱਗਾ ਪਹਿਲਾ ਮਰੀਬ ਮੈਂ ਪਹਿਲਾ ਮੇਰਾ ਕੀ ਹੋਈ ਥੀ ਪਹਿਲਾ ਬਿਨਾ ਮੈਡੀਸਨ ਖੇਲੇ ਕਰਦੇ ਜਿਹਨ ਲਗਾ ਲਿਓ ਮਨੇ ਬਿੱਲੂ ਮੁੰਡ ਦਾ ਵੀ ਇੰਟਰਵਿਊ ਦੇਖਿਆ ਬਈ ਮੈਂ ਮਤਲਬ ਆਇਆ ਹੂੰ ਇਸ ਦੌਰ ਮੈਂ ਪਹਿਲੇ ਤੋਂ ਬਿਨਾ ਨੂੰ ਵੈਸੇ ਹੀ ਖੇਲੇ ਕਰਦੇ ਤਾਂ ਮੈਂ ਵੀ ਨੂੰ ਖੇਲੇ ਕਰਦਾ ਜੋ 2014 ਚਾਦਾ ਮਾਇ ਨਹੀਂ ਵਿੱਚ ਮੈਡੀਸਨ ਮੈਂ ਬੜ ਗਏ ਮੈਡੀਸਨ ਮੈਂ ਬੜਨਾ ਕੀ ਕਾਰਨ ਵੀ ਆਪਣੀ ਇੱਜ਼ਤ ਬਚਾਣ ਦਾ ਆਪਣੀ ਇੱਜ਼ਤ ਬਚਾਣੇ ਲਈ ਤਾਂ ਕੁਝ ਕਰਨਾ ਪੜਾਗਾ ਬਿਲਕੁਲ ਤਾਂ ਇੱਕ ਮੈਚ ਪੀਟ ਗਿਆ ਦੋ ਮੀਚ ਪੀਟ ਗਿਆ ਤਾਂ ਫਿਰ ਮੈਡੀਸਨ ਦਾ ਸਾਰਾ ਲੈਣਾ ਉਸ ਪਲੇਅਰ ਦੀ ਮਜਬੂਰੀ ਹੋ ਜਾ ਬਿਲਕੁਲ ਸਬਨਾ ਸਈਬਾ ਆਪਣੀ ਇੱਜ਼ਤ ਸਭ ਸੋਚਿਆ ਪਲੇਅਰ ਬਣਾ ਬੜੀਆ ਖੇਡ ਲੂੰ ਮੇਰਾ ਨਾਮ ਹੋ ਜਾ ਪਰ ਬਾਈ ਮੈਂ ਉਸ ਲਗਭੀ ਬੜੀਆ ਖੇਡਿਆ 2014 ਮੈਂ ਜੀ ਮੈਡੀਸਨ ਮੈਂ ਬੜ ਗਏ ਤੋ ਇੱਕ ਸਾਲ ਤੋ ਠੀਕ ਸਾ ਖੇਡਿਆ ਫਿਰ ਉਸਕੇ ਬਾਅਦ ਤੋ ਫਿਰ ਮੈਡੀਸਨ ਆਪਣਾ ਅਸਰ ਦਿਖਾਣ ਲੱਗ ਗਿਆ ਤੋ ਆਪਣਾ ਫਿਰ ਮੈਚ ਡਾਊਨ ਦੇਣ ਲੱਗ ਗਿਆ ਇੰਜਰੀ ਕਰ ਦਿੱਤਾ ਇਹ ਸੈਟਰੋਇਡ ਬਸ ਔਟ ਫਿਟ ਲਾਉ ਐਸ ਉਹ ਮਸਲ ਮਸਲ ਕਮਜ਼ੋਰ ਕਰਦੇ ਆ ये साइड इफेक्ट है इसके अच्छा मतलब सप्लीमेंट वगैरह स्टोर वगैरह आपने लाइफ में यूज करे है या नहीं कभी करया है भाई करया है 2014 तक हूं स्टार्ट करया मैंने अच्छा ऐसा क्यों लागेगा भाई मतलब समान पानी लेके बढ़िया खेलया जाए ऐसा कुछ नहीं होता बस ये मन के भाव हो हैं थोड़ा एक संगत का भी फर्क है इब मैं हूँ जे इसे प्लेयर में खेलन जाऊँगा जो कुछ भी नहीं यूज कर दे तो ऑटोमेटिक मेरा मन नहीं करता एक दो नहीं करता तीसरी बार तो मैं कह दूंगा कौन नहीं करता मैं ये मेडिसिन अगर मैं इसे प्लेयर में जाऊँ जो मेडिसिन ही कर रहे हैं तो कहीं दिन बचागा वो तो लगावे लगावागा गा फिर ला के फिर वो मेडिसिन थोड़े दिन तो एकदम ऊपर चढ़ा दे जल्दी खत्म हो जाए ਮਤਲਬ ਇਸ ਦਾ ਆਪਣਾ ਫਾਇਦਾ ਲੱਗ ਗਿਆ ਹੈ ਨੁਕਸਾਨ ਲੱਗ ਗਿਆ ਲਾਈਫ ਮੇ ਨੁਕਸਾਨ ਹੈ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਹੈ ਇਸ ਦਾ ਮੈਡੀਸਿਨ ਦਾ ਤੋ ਇਹ ਮਤਲਬ ਕਬੱਡੀ ਮੈਂ ਦੁਬਾਰਾ ਆਣਾ ਚਾਹੋਗੇ ਜਾਂ ਨਹੀਂ ਜਾਂ ਮੈਂ ਅਸਲ ਮੈਂ ਬਿਲਕੁਲ ਟਾਈਮ ਹੀ ਕੋਣ ਲੱਗਦਾ ਡਿਊਟੀ ਵਗੈਰਾ ਦਾ ਨਾ ਟਾਈਮ ਵੀ ਨਹੀਂ ਲੱਗਦਾ ਇੱਕ ਜੁਗਰ ਡਿਊਟੀ ਵੀ ਕਰਾਂ ਹਰ ਇੱਕ ਥੋੜਾ ਹਾ ਇਸ ਮੈਡੀਸਿਨ ਦਾ ਦਲਦਲ ਮੈਂ ਇਸੇ ਫਸੇ ਜੋ ਇਸ ਮਤਲ ਲਿਕੜੇ ਨਹੀਂ ਤੋ ਜ਼ਿੰਦਗੀ ਮੈਂ ਆ ਗਏ कबरडी ने दिया सब कुछ है इज्जत दे दी नौकरी दे दी सब कुछ दे दिया कबड्डी ने लेकिन मुझे मेडिसन से बाहर निकले नहीं 2019 में तो जब जागरण हो गया जिंदगी में बच गए तो पहलवान फैमिली में कौन-कौन है -कौन फैमिली में सारे हैं वाइफ है मां है पर मैं हूं भाई हैं अच्छा जब शुरुआत करी तो अपनी फैमिली का रिस्पोंस था के जुगाड़ था फैमिली का मतलब गरीब थी अभी चला लेवल के थे हाई लेवल की थी गरीब थे भाई ਹਰ ਗਰੀਬੇ ਗਰ ਕਬਾਲ ਖੇਡਦਾ ਹੈ ਕਬੱਡੀ ਤੋਂ ਹਰ ਫਿਰ ਵਾਈ ਬਾਤ ਹੈ ਘਰ ਕੇ ਤੋਂ ਜੀਸ ਰੂਮੇ ਖੇਲਣ ਲੱਗੇ ਤੋਂ ਘਰ ਕੇ ਤੋਂ ਅਤਰਾ ਜੇ ਕਰੇ ਗਰਦੇ ਬੇ ਚੋਟ ਖਾ ਕੇ ਬੈਠਾਗਾ ਕੀ ਖਾਊਗਾ ਕੀ ਕਮਾਊਗਾ ਜਿਹੜੋ ਸੀ ਪड़ोसी ਜਾਂ ਦਾਇਂ ਬਾਇਂ ਕੇ ਲੋਗ ਨੂੰ ਕਹਿਣ ਲੱਗੇ ਭਾਈ ਤੋ ਪਲੇਅਰ ਬਣ ਗਿਆ ਫਿਰ ਘਰ ਕੇ ਖੇਲਣ ਲੱਗੇ ਭਈ ਐ ਕਹਾਣੀ ਹੋਏ ਕਰ ਕੇਾਂਗੀ ਤੋ ਮਤਲਬ ਕੁਛ ਐਸਾ ਲੱਗ ਗਿਆ ਲਾਈਫ ਮੈਂ ਬਾਈ ਟੂਰਨਾਮੈਂਟ ਮੈਂ ਫੋਨ ਆ ਗਿਆ ਹੋ ਜਾਂ ਘਰਾਂ ਕਰਿਆ ਵੀ ਨਹੀਂ ਯੋ ਜਾਂ ਮਤਲਬ ਡਾਈਟ ਦਾ ਕੁਛ ਦਿਨ ਤਰਸੇ ਹੋ ਕਿਉਂਕਿ ਗਰੀਬ ਫੈਮਿਲੀ ਦਾ ਸਭ ਕੁਝ ਸਮੇਂ ਕੋਈ ਦਿਨ ਆਵੇ 0 ਤੋਂ ਉੱਠ ਕੇ ਆਦਮੀ ਰੋ ਬਣੇ ਕਰ ਭਈ ਇਹ ਦਿਨ ਤੋ ਦੇਖ ਚੱਲਦੇ ਰਹੇ ਹਨ ਕਦੇ ਗਾਮ ਹੈਗੀ ਕਦੇ ਛਾਮ ਹੈਗੀ ਕਦੇ ਵੇ ਆچھے ਦਿਨ ਹੈਗੇ ਕਦੇ ਮਾੜੇ ਦਿਨ ਹੈਗੇ ਕਦੇ ਇਹ ਬਾਪੇ ਲਗਾ ਲੈ ਕੇ ਬਰਾਈਸ਼ਾ ਦਿਨ ਆ ਗਰ ਹਾਸ ਦੇ ਪਾਵੇ ਇਕ ਦੋ ਦਿਨ ਨੂੰ ਮੈਂ ਕਿ ਬਰਾ ਸਭ ਕਾ ਘਰ ਮਰੋਲੇ ਹਾਂ ਉਹ ਬੁੰਡਾ ਮੂੰਹ ਆ ਪਾ ਉਹ ਕਬੱਡੀ ਕਾ ਮੇਰਾ ਕਿ ਮੇਰਾ 10 ਦਿਨੀ ਸੇ ਆਵਾਂ ਕੁਛ ਖਾਣ ਦੇ ਨਹੀਂ ਪਾਵੇ ਹਰ 10 12 ਦਿਨ ਪਾਛੇ ਨੋਜਾ ਮੈਂ ਪ੍ਰੋਟੀਨ ਪ੍ਰੋਟੀਨ ਗੀ ਗਾ ਸਭ ਕੁਛ ਆਇਆ ਪਲੇਰੋ ਧਿਆਰੋਂ ਲੱਗਿਆ ਫਿਰ ਖਤਮ ਹੋ ਜਾ ਆਪਮ ਕੋ ਮਦੀਨ ਆਏ ਹੈ ਖਤਮ ਹੋ ਜਾ ਫਿਰ ਉਹ ਸਾਰਾ ਸਮਾਨ ਖਤਮ ਹੋ ਜਾ ਫਿਰ ਆਪਣਾ ਪਲਾਨ ਸੋਚ ਜਣ ਰਹਿਣ ਦੇ ਖਾਣ ਪੀਣ ਦਾ ਹੈ ਹੀ ਨਹੀਂ ਕੁਛ ਅੱਛਾ ਇੱਕ ਪਹਿਲਵਾਨ ਕਾ ਫੋਨ ਆਤਾ ਜੋ ਮਤਲਬ ਮੀਨੀ ਓਪਨ ਮੇ ਖੇਲਾ ਹੈ ਭਾਈ ਨੂੰ ਐਸੀ-ਐਸੀ ਬਾਤ ਵੀ ਕਹਿ ਕਰੋ ਕਿ ਜਿਆਦਾ ਜੋ ਮੀਨੀ ਓਪਨ ਮੈਂ ਉਹਨਤਾ ਜਿਆਦਾ ਉਹਨਾਂ ਕੀ ਜਿਆਦਾ ਟੂਰਨਾਮੈਂਟ ਕਰਾਉ ਤੋ ਇਸ ਬਾਰ ਹਮ ਆਪਕੇ ਕਹਿਣਾ ਚਾਹੋਗੇ ਮਤਲਬ ਮੀਨੀ ਓਪਨ ਅਰੀਆ ਵੇਟ ਕੀ ਟੂਰਨਾਮੈਂਟ ਹੋਣੀ ਚਾਹੀਏ ਨਹੀਂ ਹੋਣੀ ਚਾਹੀਏ ਬੇਰਾ ਮੀਨੀ ਓਪਨ ਵੀ ਜ਼ਰੂਰੀ ਹੈ ਅਰੇ ਇੱਕ ਮੀਨੀ ਓਪਨ ਕਿਉਂ ਹੋਣ ਲੱਗੀ ਇਸ ਦਾ ਵੀ ਰੀਜ਼ਨ ਹੈ ਇਸ ਦਾ ਰੀਜ਼ਨ ਬੇਰਾ ਕੀ ਹੈ ਕਾਰਨ ਕੀ ਹੈ ਤੋ ਇੱਕ ਇਨ ਕੋਚਾ ਨਾ ਨਹੀਂ ਇੱਕ ਸਰਕਲ ਬਣਾ ਲਿਆ ਜੋ ਰੈਫਰੀ ਹੈ ਕਮੈਂਟਰੇਟਰ ਹੈ ਜੋ ਆਪਣੀ ਡਿਊਟੀ ਕਰਕੇ ਜਾਵਾ ਹੈ तो तीन बजे चार बजे पहुँचेंगे तो प्लेयर भी साथ साथ पहुँचेंगे उसका वो प्लेयर फोन करके पूछेंगे सर आप भैया मैं पहुँचे को नहीं आराम तो आ जाओ तो वो प्लेयर पहुँच गए तीन चार बजे पहुँचेंगे फिर मैच सारी रात होएंगे, सारी रात यार फिर सारी रात मैच खेल देंगे प्लेयर और फिर घर आवेंगे फिर सोएंगे रेस्ट करेंगे फिर अगली टूर्नामेंट में जाओगे एक सर्कल बन गया ਮਰਾਤ ਖੇលਨਗਾ ਸਾਰਾ ਖੇਲੀ ਹੋ ਰਿਹਾ ਫਰੀ ਕਮੈਂਟੇਟਰ ਕਮੇਟੀ ਵਾਲੇ ਇਹ ਕਰ ਰਹੇ ਆ ਮਤਲਬ ਇੰਨਾ ਜ਼ਿਆਦਾ ਬੇਤਿਕ ਰੁਆ ਰੱਖੀ ਕਬੱਡੀ ਕੀ ਹਾਂ ਫਿਰ ਇਹ ਜ਼ੁਗਰ ਜਿਤਨੇ ਵੀ ਕਮੇਟੀ ਵਾਲੇ ਨੇ ਨੌਕਰੀ ਵਾਲੇ ਆ ਨੌਕਰੀ ਵਾਲੇ ਥੋੜਾ ਸਪੇਸ਼ ਦੇ ਦੇ ਬਈ ਤਾਂ ਮੇ ਰੁਕ ਜੋ ਜਿਤਨੇ ਵੀ ਕਬੱਡੀ ਕੇ ਪੁਰਾਣੇ ਖਿਡਾਰੀ ਆ ਬੇਰੋਜ਼ਗਾਰ ਹੈ ਜਿਸ ਕਬਈ ਜੋ ਦੀਪਾ ਨਾ ਲਗਾ ਲਿਓ ਦੀਪਾ ਬੇਰੋਜ਼ਗਾਰ ਹੈ ਸੁੰਡਾ ਹੋ ਗਿਆ ਦੀਪਾ ਗਰੀਬ ਹੈ ਸੁੰਡਾ ਹੋ ਗਿਆ ਕਈ 플레이ਰ ਆ ਜੋ ਬਈ ਰੋਜ਼ਗਾਰ ਨਾ ਆਪਣਾ ਠੋਕਰ ਖਾ ਰਹੇ ਆ ਰੋਜ਼ਗਾਰ ਨਹੀਂ ਮਿਲ ਰਿਹਾ ਤੂੰ ਤੇ ਕਬੱਡੀ ਮੈਂ ਜੋੜੋ ਨਾ ਕਬੱਡੀ ਦਾ ਪਰਿਵਾਰ ਮੈਂ ਉਂਤੀ ਬੁਲਾਉ ਰਹਾ ਫਰੀ ਮੈਂ ਇਹ ਬਾਤ ਮਨ ਕਈ ਕਰੀ ਵੀ ਥੀ ਲੇਕਿਨ ਇੱਕ ਉਹ ਕੈਮਰਾ ਮਾਰੀ ਬਾਤ ਚੱਲੀ ਥੀ ਕਿ ਬਈ ਇਨ ਪਰ ਰੈਫਰੀਸ਼ਿਪ ਬਣਾ ਕੋ ਨਹੀਂ ਰੈਫਰੀਸ਼ਿਪ ਇਹ ਕਰ ਸਕਿਆ ਹੈ ਜਾਂ ਨਹੀਂ ਕਰ ਸਕਦੇ ਕਿਉਂਕਿ ਇਨ ਤਾਂ ਜ਼ਿਆਦਾ ਗਿਆਨ ਮਨ ਲੱਗ ਗਿਆ ਹੈ ਮਤਲਬ ਰੈਫਰੀਸ਼ਿਪ ਨਾ ਨਹੀਂ ਹੈ ਕਿਉਂਕਿ ਮੈਂ ਕਬੱਡੀ ਮੈਂ ਕਦੇ ਦੇਖੇ ਵੀ ਨਹੀਂ ਆਪ ਲੋਕਾਂ ਨੇ ਵੀ ਦੇਖੇ ਲੈ ਮੈਂ ਉਹਨਾਂ ਦੀ ਤੇ ਨਹੀਂ ਨੋਲੇਜ ਹੈ ਬਈ ਕਦੇ ਖੇਲੇ ਦੇਖਿਆ ਸੁਣਿਆ ਹੋ ਨਾ ਮਨ ਨਾਲ ਤਾਂ ਖੇਲਦੇ ਦੇਖੇ ਨਹੀਂ ਹਰ ਜੋ ਪੁਰਾਣਾ ਖਿਡਾਰੀ ਹੈ ਉਸ ਦੀ ਨੋਲਿਜ ਹੋਗੀ ਔਰ ਕਿਸ਼ਤੀ ਹੋਗੀ ਕਬੱਡੀ ਆ ਬਾਰੇ ਮੈਂ ਸਭ ਤੋਂ ਜ਼ਿਆਦਾ ਤਾਂ ਨੋਲਿਜ ਉਸੇ ਨੇ ਹੈ ਹਰੇਕ ਚਾਲ ਮਾਨਗਾ ਚੱਲਦੇ ਭਾਈ ਨਹੀਂ ਖੇលਿਆਣੇ ਆਂਦੇ ਪੁਰਾਣੇ ਖਿਡਾਰੀ ਨੇ ਤੋ ਖੇលਿਆ ਹੈ ਇੱਕ ਨਹੀਂ ਦੂਸਰਾ ਮੈਚ ਵਿੱਚ ਖੇលਿਆਣਾ ਆ ਜਾਗਾ ਗਲਤੀ ਤੋਂ ਹੋਏ ਕਰੇ ਸਭ ਅਰ ਜੇ ਕਬੱਡੀ ਠਾਣੀ ਹੈ ਨਹੀਂ ਤੋ ਪੁਰਾਣੇ ਪਲੇਅਰ ਤੋ ਆਗਰ ਰੱਖਣੇ ਪੜੇਗੇ ਬਿਲਕੁਲ ਜਿੰਦਾ ਰਹੇਗਾ ਕਬੱਡੀ ਜਿੰਦੀ ਜਿੰਦਾ ਰਹੇਗੀ ਔਰ ਕਬੱਡੀ ਖਤਮ ਹੋਗੀ ਬਾਈ ਪਲੇਅਰ ਤੋਂ ਨੂੰ ਹੈ ਜਿਸ ਨੇ ਤਿਆਰੀ ਕਰਨੀ ਹੈ ਹੋਰ ਗੇਮ ਕੀ ਕਰ ਲੇਗਾ ਇਸ ਕਬੱਡੀ ਨੂੰ ਛੋੜ ਗਿਆ ਲੇਕਿਨ ਜਾਂ ਜਿਸ ਜਿਤਨੇ ਕਮੈਂਟਰੇਟਰ ਹੈ ਰੈਫਰੀ ਹੈ ਇਨਗਾ ਚੁੱਲਾ ਬੰਦ ਹੋ ਜਾ ਇਨਕੀ ਰੋਟੀ ਚੱਲ ਰਹੀ ਇਨ ਗੱਲ ਅੱਛਾ ਇੱਕ ਕਾਰਨ ਹੋਰ ਮਤਲਬ ਇਹ ਪੁਰਾਣੇ ਪਲੇਅਰ تھے ਜੋ ਟੋਪ ਕੇ ਇੱਕਦਮ ਮਤਲਬ ਤੁੱਤੀ ਬੋਲੇ ਕਰਦੀ ਉਹਨਾਂ ਦਾ ਨਾਮ ਨਾ ਵੀ ਲੈਂਦੇ ਆ ਜੀ ਕੀ ਕਾਰਨ ਹੈ ਇਸ ਦਾ ਨਾਮ ਤੋਂ ਭਾਈ ਹੈ ਜੋ 500 ਰੁਪਏ ਦਾਨ ਦੇ ਦੇਂਦੀ ਉਸੇ ਗਾ ਲੈਵਾ ਪੁਰਾਣਾ ਖਿਡਾਰੀ ਕਿਸ ਦਾ ਨਾਮ ਲੈਵਾ ਕੀ ਜੇਗਾ ਨੀ ਲੈਂਦੇ ਨਾ ਟੀ ਨੂੰ ਬੜੇ ਸਰਾ ਗਾ ਲੈਂਦੇ ਨਹੀਂ ਬਜਿੰਦਰ ਗਾ ਲੈਂਦੇ ਨਹੀਂ ਸੁਭਾਸ ਗਾ ਨੀ ਵੀਰਿੰਦਰ ਪਰਮਾਨਾ ਗਾ ਨੀ ਨਾ ਬਈ ਬਿੱਲੂ ਮੁੰਡ ਗਾ ਲੈਂਦੇ ਗੜੀਆਂ ਨਾਮ ਭਈਆਂ ਆ ਯੋਦਾ ਹੋਏ ਹੈ ਹਰਿਆਣਾ ਮੈਂ ਬਹੁਤ ਬੜੀਆ ਬੜੀਆ ਯੋਦਾ ਹੋਲੀਏ ਭਾਈ ਮਾਮ ਤੋਂ ਉਨ ਕੀ ਹਣੀ ਪੈਰਾਂ ਕੀ ਧੂੜ ਵੀ ਕੋਨੀ ਫਿਲਾਲ ਇਤਨੇ ਬੜੀਆ ਬੜੀਆ ਪਲੇਅਰ ਹੋਲੀਏ ਉਨ ਦਾ ਕੋਈ ਨਾਮ ਨਹੀਂ ਲੈਂਦਾ ਬਸ ਇਹ ਰਬ ਵਾਈ ਬਾਤ ਹੈ ਤੁਰਤ ਕਾ ਦੇਖਾਂ ਹਰ ਜੋ ਆਪਣਾ ਤੜਾ ਨਾ ਗਿਆ ਉਸ ਦੀ ਲੋਕ ਭੁੱਲ ਜਾ ਹੈ ਅੱਛਾ ਬਿੱਲੂ ਮੁੰਡ ਗਾ ਆਪ ਖੇਲੇ ਵੀ ਉਹ ਬਿੱਲੀ ਮੁੰਡ ਕੀ ਬਾਤ ਹੈਗੀ ਕਿਤਨ ਕੈਚ ਲਾਗੇ ਕਰਦੇ ਉਸਕੇ ਸਾਲ ਮੇ ਤਕਰੀਬਨ ਬਿੱਲੂ ਮੁੰਡ ਭਾਈ ਬਹੁਤ ਵਧੀਆ ਖੇਲੇ ਕਰਦਾ ਬਸ ਕਸ ਤੋ ਉਸਕੀ ਤਕਰੀਬਨ ਇੱਕ ਕੇ ਆਦੀ ਬਕੂਏ ਹੋਇਆ ਲੱਗੀ ਬਸ ਮਨ ਦੇਖਿਆ ਨਹੀਂ ਇਤਨੀ ਕੈਚ ਲੱਗਦੀ ਮਤਲਬ ਸਾਲ ਮੈਂ 8-10 ਕੈਚ ਮੁਸ਼ਕਲ ਹੋ ਗਈ ਜਿਆਦਾ ਤੋਂ ਜਿਆਦਾ ਬਸ ਮੁਸ਼ਕਲ ਦੇ ਪਾਉਗੀ ਇਤਨੀ ਵੀ ਔਰ ਟੂਰਨਾਮੈਂਟ ਕਿਤਨੀ ਖੇਲੇ ਕਰਦਾ ਸਰ ਮਤਲਬ ਅੱਜ ਕੱਲ ਟੂਰਨਾਮੈਂਟ ਖੇਲ ਕੇ ਕੁਝ ਗੈਪ ਦੇ ਦੇ ਹੈ ਭਾਈ ਹਮਾਰੀ ਬੋਡੀ ਹੈ ਮਸ਼ੀਨ ਕੋ ਨਹੀਂ ਟੂਰਨਾਮੈਂਟ ਔਰ ਟੂਰਨਾਮੈਂਟ ਮੈਂ ਦੇਖੇ ਕਰਦਾ ਸਾਇਦ ਟੂਰਨਾਮੈਂਟ ਮੈਂ ਦੋਈ ਸਾਥ ਛੋੜਾ ਦਾ ਹਾਂ ਮੱਲਾ ਵੀ ਸਾ ਚੋਰਾ ਹੈ ਜੇ ਇਹ ਬੀਨੂ ਕਾਦੇ ਨਹੀਂ ਜੋ ਕੋ ਰਿਆ ਯਾਰੀ ਦੋਸਤੀ ਮੈਂ ਖੇਲਿਆ ਉਹ ਵੀ ਇਹ ਵੀ ਜੈਨੂ ਕਾਦੇ ਨਹੀਂ ਬਿੱਲੂ ਕੱਢ ਲੈ ਨਾ ਕਰੜਾ ਗਾਤ ਖੇਲਾਗੇ ਚਲ ਇਹ ਵੀ ਨੂੰ ਵਧੇਗਾ ਚਾਲੋ ਚੱਲਾਂਗੇ ਨਾ ਤੋ ਥੀ ਇਹ ਨਹੀਂ ਉਸ ਕਾ ਤੋ ਮਤਲਬ ਬਿੱਲੂ ਮੁੰਡ ਗਿਆ ਆਪਣਾ ਵੀ ਕਦੇ ਕੱਟ ਕਰਨ ਦਾ ਮੌਕਾ ਮਿਲੇ ਜਾਂ ਨਹੀਂ ਬਈ ਉਹ ਖਿਲਾਫ ਮੈਂ ਤੋ ਆਇਆ ਉਸਨੇ ਮੇਰੇ ਪਰ ਖਾਈ ਵੀ ਕੋ ਨਹੀਂ ਯਾਰ ਕੇ ਬੜਾਈ ਸੀ ਜਗ੍ਹਾ ਵੀ ਉਹ ਮਾਰੀ ਵੀ ਉਹ ਅਜੇ ਮਤਲਬ ਯਾਦ ਕੋ ਨਹੀਂ ਹਾਂ ਯਾਦ ਕੋ ਨਹੀਂ ਤੋ ਜੋ ਉਸ ਟਾਈਮ ਇੱਕ ਦੌਰ تھا ਪਲੇਰਾਂ ਕਾ ਬੜਿਆ ਬੜਿਆ ਰੇਡਰ ਹੋਏ ਕਰਦੇ ਕਿਸ ਕੀ ਕੱਟ ਮਰਦੇ ਨੇ ਜਿਆਦਾ ਮਜ਼ਾ ਆਇਆ ਕਰਦਾ ਬਈ ਕਸਤੋ ਯੂਸੀ ਪਲੇਅਰ ਦੇ ਮਤਲਬ ਮਜ਼ਾ ਮੂਜਾ ਦੋ ਕਿਸੇ ਕਨ ਨੂੰ ਨਹੀਂ ਤਾਂ ਸਾਰੇ ਨੂੰ ਦਾ ਆਪਣਾ ਸਿਹਾਬ ਦਾ ਖੇਲੇ ਕਰਦੇ ਬਈ ਪਕੜ ਲਿਆ ਕੈਚ ਕਰਦੀ ਡਕੜੀਆਂ ਲਗੜੀਆਂ ਇਸੇ ਵੀ ਪਲੇਅਰ ਹੈ ਜੋ ਕਿ ਬਰ 10 ਟੂਰਨਾਮੈਂਟ ਨੇ ਮੇਰੇ ਪਰ ਖਾਵਾ ਕੈਚ ਹਰ ਉਹ ਹੀ ਕੇ ਬਰਾ ਇੱਕ ਦੋ ਟੂਰਨਾਮੈਂਟ ਮੈਂ ਉਸ ਕੀ ਕੈਚ ਮਾਰਦੀ ਹੂੰ ਇਹ ਸਾਨੂੰ ਤਾਂ ਹੈ ਕੋ ਨਹੀਂ ਬਈ ਮਤਲਬ ਯੂ ਕੋ ਨਹੀਂ ਖਾਂਦਾ ਉਹ ਨੂੰ ਖਾਂਦਾ ਆਪਾਂ ਦਾ ਜ਼ੁਗਰ ਤਾਂ ਬਈ ਇਸੇ ਪਲੇਅਰ ਤੇ ਮੇਰੇ ਪਰ ਨਹੀਂ ਵੀ ਖਾਵਾ ਹੈ ਪਰ ਮੈਂ ਪਕੜ ਲਈ ਉਹ ਬਾਤ ਹੈ अच्छा मतलब एक मैच होए कर रहा है उस टाइम कितने मैच एक, कितने टाइम के मैच होए कर रहे 10 5 10 से 15 5 15 या 20 5 20 कम से कम 15 5 15 गया होए कर दे नहीं 20 5 20 के तो पक्के थे और उस टाइम मतलब टूर्नामेंट दिन में होए कर दी या रात में होए कर दी दिन में भी होए कर दी दो-दो दिन भी चले कर हा, दी हां मतलब रात में मैच हां तीन-तीन दिन भी चले कर दी अच्छा मतलब रात में मैच हो है जो कि आजकल कमेटी में थोड़ी दिक्कत आ रही है ਰਾਤ ਨੂੰ ਹੋਣੀ ਚਾਹੀਏ ਮੈਚ ਦਿਨ ਨੂੰ ਹੋਣੀ ਚਾਹੀਏ ਰਾਤ ਨਹੀਂ ਹੋਣੀ ਚਾਹੀਏ ਰਾਤ ਨਾ ਵੀ ਰਕੇ ਇੱਕ ਤੋਂ ਪਲੇਅਰ ਵੀ ਤੰਗ ਹੂੰ ਸਭ ਤੋਂ ਜ਼ਿਆਦਾ ਦਰਸ਼ਕ ਤੰਗ ਹੈ ਹੂੰ ਦਰਸ਼ਕ ਦੇਖ ਕੇ ਜਾਉਂਗਾ ਮੋਟਰਸਾਈਕਲ ਲਾ ਬ ਜਾਉਂਗਾ ਕਿਤਨਾ ਰਿਸਕ ਹੈ ਹੂੰ ਇਹ ਪੰਜਾਬ ਮੇ ਪਛਾਈ ਕ ਐਕਸੀਡੈਂਟ ਹੋਆ ਦੋਸ ਕੀ टांग ਕਟ ਗਈ ਹਾਂ ਤੋ ਦਰਸ਼ਕਾਂ ਨੇ ਵੀ ਉਸਕੇ ਉਹ ਰਾਤ ਨਾ ਮਾਚਉਣ ਕੇ ਕਾਰਨ ਹੈ ਹੂੰ ਬਰ ਰਾਤ ਨ ਕਿਉਂ ਔਰ ਲੋਕ ਧਾਰੂ ਪੀ ਪੀ ਕੇ ਚੱਲਦੇ ਵੱਡੇ ਵੱਡੇ ਟਰੰਕ ਜਾਂ ਟ੍ਰੈਫਿਕ ਚਲਾਉਂ ਹੈ ਹੂੰ ਤੋ ਛੋਟਾ ਮੋਟਾ ਸਾਧਨ ਨਾ ਤੋ ਸਮਝਦੇ ਹੀ ਕੋ ਨਹੀਂ ਬਿਲਕੁਲ सबसे ज्यादा रिश्क है रायत का दिन में करवा दो अपना दर्शक है नहीं अपना चले जाऊँगे सबसे ज्यादा के रेफरी भी पीछे लेकर जाओगा प्लेयर भी किमें किमें तो लेकर जाओगा किराया भाड़ा हरण आला भी लेकर जाओगा खेल कर जाओगा लेकिन दर्शक तो नहीं किमें लेकर जाते दर्शक सिर्फ एक देखना है उन खातर बस सब कमेटिया का अपील करा भाई दिन में हो सका नहीं इतना ਭਾ 8 9 ਵਜੇ ਲਗ ਮੈਚ ਨੇ ਬੈਠ ਦੇਣੇ ਚਾਹੀਏ ਬਿਲਕੁਲ ਕਿ ਤਾਂ ਕਿ ਸਾਰੇ ਆਪਣਾ ਹਾਂ ਤਾਂ ਕਿ ਆਪਣਾ ਘਰਾਂ ਜਾ ਕੇ ਆਰਾਮ ਤੈ ਸੋ ਸਕਾਂ ਖਾਣਾ ਖਾ ਸਕਾਂ acha ਆਪਣੀ ਪ੍ਰੈਕਟਿਸ ਦਾ ਕੀ ਸ਼ਡਿਊਲ ਤਾਂ ਮਤਲਬ ਦਿਨ ਮੇ ਕਿੰਨੀ ਵਾਰ ਪ੍ਰੈਕਟਿਸ ਕਰੇ ਕਰਦੇ ਸਵੇਰ ਕਿਤਨੀ ਵਜੇ ਜਾ ਕੇ ਦੁਪਹਿਰ ਸ਼ਾਮ ਨੇ ਕਿੰਨੀ ਵਜੇ ਜਾ ਕੇ ਕਰਦੇ ਸਵੇਰ ਦੁਪਹਿਰ 5 4 ਵਜੇ ਵੀ ਜਾ ਕੇ ਕਰਦੇ ਸ਼ਾਮ ਨੇ ਵੀ 5 6 ਵਜੇ ਵੀ ਜਾ ਕੇ ਕਰਦੇ ਕਿਤਨਾ ਟਾਈਮ ਪ੍ਰੈਕਟਿਸ ਕਰੇ ਕਰਦੇ ਉਸ ਟਾਈਮ ਬਹ ਘੰਟਾ 2 ਘੰਟਾ ਪ੍ਰੈਕਟਿਸ ਕਰੇ ਕਰਦੇ ਸ਼ਾਮ ਨੇ ਵੀ ਸਵੇਰੇ ਵੀ ਦੋ ਘੰਟੇ ਸ਼ਾਮ ਨੂੰ ਦੋ ਘੰਟੇ ਸਵੇਰੇ ਅੱਛਾ ਡਾਈਟ ਪਲਾਨ ਕੀ ਬਾਤ ਕਰਾਂ ਡਾਈਟ ਮੈਂ ਕੀ ਕੀ ਲੈ ਕਰਦੇ ਉਸ ਟਾਈਮ ਡਾਈਟ ਮੈਂ ਤਾਂ ਇਹ ਪਹਿਲਾਂ ਤਾਂ ਦੁੱਧ ਕੀ ਹੈ ਜ਼ਗਰ ਕਾ ਮਿਹਨਤ ਹੋਏ ਕਰਦੀ ਬਸ ਸਕੂਲੀ ਗੇਮਾਂ ਮੈਂ ਖੇਲਣ ਵੀ ਜੇ ਕਰਦੇ ਔਰ ਅੱਛਾ ਡਾਈਟ ਮਿਲ ਜੇ ਕਰਦੀ ਸਕੂਲਾਂ ਮੈਂ ਬਈ ਯੂ ਥਾ ਮਤਲਬ ਜੈਸੇ ਅੰਡਾ ਚਿਕਨ ਲੈ ਕਰਦੇ ਨਹੀਂ ਲੈ ਕਰਦੇ ਨਾ ਪਹਿਲਾਂ ਕੋ ਨਹੀਂ ਅੰਡਾ ਉੰਡਾ ਚਿਕਨ ਦਾ ਕੰਦੀ ਆ ਅੱਛਾ ਮਤਲਬ ਸਪੋਰਟਸਮੈਨ ਕਨ ਕਰੇ ਹੈ ਬਈ ਮਾਮ ਤੋਂ ਨਾ ਇਹ ਚੀਜ਼ ਖਾਂਦੇ ਕੋ ਨਹੀਂ ਯਾ ਯੂ ਚੀਜ਼ ਕਰਨੀ ਚਾਹੀਏ ਨਹੀਂ ਚਿਕਨ ਔਰ ਅੰਡਾ ਇਹਦੇ ਇੱਕ ਮਨ ਪੇ ਵਿਚਾਰ ਹੈ ਕਿ ਜੋ ਸਾ ਘਰਿਆਂ ਹੁਆ ਵੀ ਬੜੀਆ ਪਲੇਅਰ ਬਣੇ ਆ ਹਰ ਜੋ ਮਤਲਬ ਮਾਸਾ ਰਹੀ ਹੈ ਉਹ ਵੀ ਪਲੇਅਰ ਬਣੇ ਆ ਇਹਦੇ ਇੱਕ ਆਪਣੀ ਮਨ ਕੀ ਬਾਤ ਹੈ ਜੋ ਮਤਲਬ ਚਿਕਨ ਖਾਵਾ ਹਾਂ ਪਨੀਰ ਵੀ ਖਾ ਸਕਾਂ ਬਿਲਕੁਲ ਜੋ ਪਨੀਰ ਖਾਵਾ ਹੈ ਉਹ ਨੂੰ ਸੋਚਾਂ ਭੈਜਨ ਕੋ ਮੈਂ ਪਨੀਰ ਮੈਂ ਕੁਝ ਨਹੀਂ ਉਹ ਚਿਕਨ ਖਾ ਲਿਆ ਉਸ ਕੋ ਤਾਂ ਆਪਣੇ ਮਨ ਦਿਮਾਗ ਮੇ ਪੋਜੀਟਿਵ ਸੋਚ ਲੈਣੇ ਆ ਅੱਛਾ ਇੱਕ ਰੇਡਰ ਉੱਠਾ ਜੋ ਮਤਲਬ ਬੈ ਹੋਏ ਕਰਦਾ ਆਪਣੇ ਕਦੇ ਲਾਈਵ ਮੈਂ ਬੈ ਮੈਂ ਕਿਸੇ ਦਾ ਟੋਪ ਰੇਡਰ ਉਹ ਭਈਓ ਕੁੰਤਿਆਂਦਾ ਉਸ ਕੀ ਕਚ ਮਾਦਣੀ ਪਰ ਮੈਂ ਕਚ ਮੈਰਾ ਪਛਮਾ ਜਾਇਆ ਬਾ ਤੋ ਦੇਖ ਭਾਈ ਕਿਸੇ ਕ ਮੈਂ ਨਹੀਂ ਉਹ ਸਾਰਾ 30 ਸਕਿੰਡਾਂ ਖੇਲਦਾ 30 ਸਕਿੰਡ ਮੋ ਆਪਣਾ ਘਰਾਂ ਤੋਂ ਲੈ ਜਨਦਾ ਰਾਇਆ ਮਨ ਨੂ ਆਪਣੀ ਤਰਫ ਤੇ ਮੈਂ ਆਪਣਾ ਦਿਹਾੜੇ ਪਰ ਲੈ ਕਰਦਾ ਆਥੇ ਆ ਗਿਆ ਜੇ ਲੈਗੀ ਕਚ ਨਹੀਂ ਲੈ ਗਿਆ ਜੇ ਲੈ ਗਿਆ ਆਪਣਾ ਨੰਬਰ ਤੋ ਉਹ ਵੀ ਤੋ ਤਕੜਾ ਖੇਲਣਾ ਕੀ ਸੋਚਾਗਾ ਬਿਲਕੁਲ ਉਹ ਵੀ ਤਾਂ ਆਪਣਾ ਕੁਝ ਬਾਈ ਖਾਇ ਪੀਗਾ ਬੜੀਆ ਮਿਹਨਤ ਕਰ ਕਾ ਹੋਇਆ ਹਮ ਅਮਮ ਅੱਛਾ ਪਹਿਲਵਾਨ ਮੈਚ ਕੀ ਬਾਤ ਕਰਾਂਗੇ ਸਭ ਤੋਂ ਜ਼ਿਆਦਾ ਕੈਚੇ ਕੌਣ ਸਾ ਮੈਚ ਮੇ ਕਰੀ ਆਪਨ ਔਰ ਕੜਾ ਕਰੀ ਹੋ ਜਈਏ ਕੁਝ ਯਾਦ ਹੋਵੇ ਮਾਚ ਬਾਈ ਗਾਮ ਕੀ ਟੀਮ ਬਰ ਰਦਾਈ ਕਰ ਕਾ ਹਮ ਮੀਰਾਨ ਹਮ ਤੋ ਸੱਪਰਗਲਾ ਮੈਚ ਆ ਗਿਆ ਸੱਪਰਗਾ ਹੋਇਰਦਾ ਬਲਜੀਤ ਸਾਪਰੀਆ ਬਹੁਤ ਬੜੀਆ ਜਾਫੀ ਬਹੁਤ ਬੜੀਆ ਜਾਫੀ ਹੋਇਰਦਾ ਤੋ ਇੱਕ ਤਰਫ ਹੋਤਾ ਇੱਕ ਤਰਫ ਮੈਦਾ ਟੌਪ ਟੀਮ ਮੈਂ 18 18 ਨੰਬਰ ਤੇ ठहरा हो कैच मार रहा था ठहरा ही मैं था अच्छा मतलब उस टाइम इतनी इतनी कैच लैग जिगर दिए मैं लैग जिगर दी, है मतलब। दी जब है। आज कल के मतलब दो तीन कैच मार गए जीत जाए है यू के हो रहा है आज कल कबड्डी मतलब जो दो तीन कैच मार गए वहीं जीत जाए और उसके बाद ठहरा लागे कर दी आप फिर हुए आजकल रेडर थोड़े जुगर हो गया रि रिंकू हो गया रवि हो गया भाई ये तो बहुत बढ़िया रेडर है इनकी तो एक भी कच लाएक जाए नहीं तो सुर्खिया में आ जाओगे नहीं उस टाइम मतलब दोर था जैसे बिल्लू मोड था उनकी एक एक कैच भी कौन लागे कर दी और फिर भी मतलब उस टाइम भी इतनी इतनी कैच लागे कर दी अठारह अठारह कैच एक मैच में ਪਰ ਉਹ ਥੋੜਾ ਜਾਫੀ ਪਹਿਲਾਂ ਬੜੀਆ ਹੋਏ ਕਰਦੇ ਅਰੇ ਗਾਮ ਮਲੇ ਕਸਰ ਹੋਏ ਕਰਦਾ ਬੜੀਆ ਮਤਲਬ ਉਸ ਟਾਈਮ ਇੱਕ ਪੰਚਾਇਤ ਦੀ ਟੀਮ ਹੋਏ ਕਰਦੀ ਸਾਰੇ ਦੜਾਉ ਕੋਨ ਦਾ ਇੱਕ ਪੰਚਾਇਤ ਤੇ ਹੋਰ ਇੱਕ ਪੰਚਾਇਤ ਕੇ ਮੈਚ ਹੋਏ ਕਰਦੇ ਉਸ ਮਾ ਕਾਚਾਏ ਬਾ ਮੱਚਾ ਲਿਆ ਕਰਦੇ ਜਦਾ ਅੱਛਾ ਇਹ ਸਾ ਵੀ ਹੋ ਕੋ ਮਤਲਬ ਬੜੀਆ ਰੇਡਰ ਦਾ ਨਾਮ ਚੱਲੇ ਰਿਹਾ ਲਗਾਤਾਰ ਦੋ ਤਿੰਨ ਕਚ ਮਾਰਿਓ ਉਸ ਨੇ ਆਪ ਨੇ ਕਿਸੇ ਦੀ ਬਸ ਨਾ ਇਸੇ ਤੋਂ ਕੋਈ ਯਾਦ ਨਹੀਂ ਹੂ ਕਸ ਤੋਂ ਲੱਗਦੀ ਰਹੇ ਛੁੱਟ ਗਿਆ ਲੈ ਗਿਆ ਮੈਚ ਮੇ ਬੇ ਰਹਿ ਨਹੀਂ ਬਈ ਮੈਚ ਮਤੋਂ ਪਹਿਲਾਂ ਪੁਆਇੰਟ ਤੇ ਧਿਆਨ ਰੱਖੇ ਕਰਦਾ ਬਈ ਕੁੱਕਰ ਚੱਲ ਰਹੇ ਆ ਅੱਛਾ ਕੋਈ ਸਾਬੀ ਮੈਚ ਮਤਲਬ ਮੈਚ ਮੇ ਇੱਕ ਵੀ ਕੈਚ ਨਹੀਂ ਲੱਗੀ ਉਹ ਆਪਣੀ ਲਾਈਫ ਮੇ ਆ ਬਹੁਤ ਸੇ ਹੈ ਇਸੇ ਮੈਚ ਬਹੁਤ ਸੇ ਬਹੁਤ ਜ਼ਿਆਦਾ ਹੈ ਮਤਲਬ ਇਸੀ ਟੂਰਨਾਮੈਂਟ ਹੋਏ ਕਰਦੀ ਤੋ ਡੀਮੋਟੀਵੇਟ ਤੋ ਨਹੀਂ ਕਰਦੇ ਭਾਈ ਅੱਜ ਕੇ ਕੁਝ ਨਹੀਂ ਖੇਲਿਆ ਗਿਆ ਨਾ ਅਫਸੋਸ ਤੋ ਹੋ ਜੇ ਕਰਦਾ ਭਾਈ ਜਨੂ ਕੈਚ ਕੋ ਨਹੀਂ ਲੱਗੀ ਫਿਰ ਥੋੜੀ ਦੇਰ ਪਾਸ ਨੂੰ ਹੋ ਜੇ ਚਲ ਛੋੜ ਯਾਰ ਮੈਚ ਤੋ ਉੱਪਰ ਨਹੀਂ ਸੇ ਤੜਕ ਕੱਲ ਕੱਲ ਵਾਲੀ ਟੂਰਨਾਮੈਂਟ ਮੇ ਦੇਖਾਂਗੇ ਅੱਛਾ ਆਪਣੀ ਲਾਈਫ ਮੇ ਸਭ ਤੋਂ ਵੱਡਾ ਕਿਸ ਕਾ ਕਾਮਯਾਬੀ ਮੇ ਭਾਈ ਗਰਵਾਲਿਆਂ ਦਾ ਲੈ ਲੈ ਗਾਮੜਿਆਂ ਦੀ ਸਪੋਰਟ ਲੈ ਲੈ ਸਭ ਤੋਂ ਜ਼ਿਆਦਾ ਭਾਈ ਗੁਰੂ ਦਾ ਹੈ আর پھر ਲੋਕਾਂ ਦੀ ਦੁਆئیں ਦਾ ਹੈ ਜੀ ਲੋਕ ਨੂੰ ਕਹਿਣ ਲਾਇਕ ਨਹੀਂ ਭਾਈ ਬਹੁਤ اچھا ਬੜਗਾ ਹੈ ਨੇਚਰ ਵੀ ਬੱਦਿਆ ਹੈ ਇਨਸਾਨ ਵੀ ਬੱਦਿਆ ਹੈ ਤੂੰ ਸੋਚ ਲਿਓ ਪਲੇਅਰ ਹੈ ਨਹੀਂ ਚੋਟ ਫੇਟ ਤਾਂ ਬਚਦਾ ਰਹਾਗਾ ਕਿਉਂ આજ આજ ਤੱਕ ਕਿਸੇ ਨੇ ਭਗਵਾਨ ਨਹੀਂ ਦੇਖਿਆ ਭਗਵਾਨ ਹ ਲੋਗਾਂ ਇਮ ਹਮ ਜਿਤਨੇ ਲੋਗ ਨੂੰ ਕਹ ਦੇਂਗੇ ਨਹੀਂ ਭਾਈ ਕੁਝ ਵੀ ਲਗਾ ਲੈ ਮਨ ਨੇ ਕੋਈ ਗਲਤ ਕਰ ਦਿਆ ਲੋਗ ਨੂੰ ਕਹ ਦੇਂਗੇ ਖਤਮ ਹੈ ਤੋ ਪਲੇਅਰ ਖਤਮ ਹੈ ਬਿਲਕੁਲ ਔਰ ਜੇ ਲੋਕ ਨੂੰ ਕਹਦੇ ਨੇ ਬਹੁਤ ਅੱਛਾ ਵਾਲ ਹੈਗਾ ਬਾਈ ਸ਼ਰੀਫ ਹੈ ਸ਼ਰੀਫ ਘਰ ਕਾ ਹੈ ਨੇਚਰ ਵਧੀਆ ਹੈ ਸ਼ਰੀਫ ਹੈ ਇਨਸਾਨ ਹੈ ਤੋ ਲੋਕ ਕਿ ਲੋਕ ਆਈ ਦੁਆ ਉਸਕਾ ਗੱਲਾਂ ਚੱਲਣਗੇ ਅੱਛਾ ਲਾਸਟ ਮੈਂ ਦਰਸ਼ਕਾਂ ਦੇ ਕੇ ਸੰਦੇਸ਼ ਦੇਣਾ ਚਾਹੋਗੇ ਬਾਈ ਦਰਸ਼ਕਾਂ ਨੇ ਇਹ ਕਹੂੰ ਕਬੱਡੀ ਨੇ ਪਿਆਰ ਕਰੋ ਬਾਈ ਔਰ ਬਾਈ ਜੋ ਵੀ ਕਿਸੇ ਪਲੇਅਰ ਦਾ ਮਤਲਬ ਕੋਈ ਮੈਚ ਪਿੱਟ ਜਾ ਹੈ ਸਿੱਲੂ ਦਾ ਇੱਕ ਵਾਰ ਮੈਚ ਪਿੱਟ ਗਿਆ ਬਗੜੀਆਂ ਚੈਂਪੀਅਨਸ਼ਿਪ ਮੈਂ ਤੋ ਕਿਸੇ ਦਰਸ਼ਕ ਨੇ ਕਮੈਂਟ ਕਰੀ ਹੋਗੀ ਬਾਈ ਵਿਕ ਗਿਆ ਜਾਂ ਧਮਕੀ ਆ ਗਈ ਜਾਂ ਇੰਜੈਕਸ਼ਨ ਲਗਾ ਰਿਹਾ ਦਾ ऐसा कुछ नहींंदा भाई दर्शक ना याई गहूं भाई प्लेयर गाऊंसला बढ़ाए करो हरजी सलाऊं सला बढ़ाओगे एक हरियाणा की कबड्डी ना मैं तन्नू मानूं सीलू जिंदा रह करया कल्ला है हम्म असलीलू है तो कबड्डी है फिलहाल ई बागा का के मेरा भाई नुवा भाई गामर शाम दांदी रहगी और मैच पिटदे रहेंगे और मैच बढ़िया खेलता रहेगा आप नहीं सपोर्ट करंगे सीलू की तो और करेगा कौन आपनू तो गौरव है भाई सीलू अपना हरियाणा का है बिल्कुल तो भाई राजू पहलवान था पाने बात करी और कौन सी कौन सी टूर्नामेंट में अपने पहलवान की बढ़िया कैच ला गई और कौन सी बढ़िया टेक्निकल थी पहलवान की वो भी अपने कमेंट बॉक्स में ज़रूर बताना है और किस किस का इंटरव्यू देखना चाहो भाई कुछ कमेंट आ रहे हैं भाई डालड़ा का या काला धनोरी का काला धनोरी जी पहलवान ने मना कर गया इंटरव्यू ते और डालड़ा का इंटरव्यू कराएंगे भाई उसका नंबर नहीं मिल रहा और किस किस का इंटरव्यू देखना चाहो तकरीबन भाई मैं कमेंट सबके पढ़ूँ रिप्लाई बेसन ऐसे देने आंदाओ कमेंट पढ़ूँ और मैं फिर कापी में भी लिखूँ भाई इसका इंटरव्यू करना है उसका नंबर लेने की कोशिश करूँ तो भाई एक तो वीडियो ज़्यादा से ज़्यादा शेयर करे करो और एक तो एक अपना रोज़ एक इंटरव्यू देखना पड़ेगा नेशनल स्टाइल कबड्डी का या सर्कल स्टाइल कबड्डी का, का या कोई भी स्पोर्ट्स हो सबका स्पोर्ट्स के ज़्यादा इंटरव्यू मिलेंगे तो भाई मिलते किसी नेक्स्ट वीडियो में तब तक के लिए जय हिंद